ਤੁਹਾਡਾ ਸਵਾਗਤ ਹੈ ਵੀਰੋ ਫਾਰਮੀ ਡਾਕਟਰ ਪੇਜ 'ਤੇ। ਨਵੇਂ ਦੇਖ ਰਹੇ ਹੋ ਪੇਜ ਲਾਈਕ ਕਰ ਲਿਓ। ਅੱਜ ਦਾ ਟੋਪਿਕ ਹੈ ਤੁਹਾਡੇ ਘਰ ਦੇ ਵਿੱਚ ਗਾਵਾਂ ਮੱਝਾਂ ਤਾਜ਼ੀ ਸੂਈਆਂ ਹੋਈਆਂ ਨੇ, ਸੂਈ ਨੂੰ 3-4 ਦਿਨ ਹੋ ਗਏ, ਤੁਹਾਡੀ ਗਾਂ ਮੱਝ ਪੱਠੇ ਛੱਡ ਗਈ, ਖਾਣਾ ਪੀਣਾ ਛੱਡ ਗਈ, ਜਗਾਲੀ ਕਰਨਾ ਛੱਡ ਗਈ। ਵੀਰੇ ਉਹਦਾ ਮੇਨ ਕਾਰਨ ਹੈ ਕਿ ਉਹਨੂੰ ਮਿਲਕ ਫੀਵਰ ਹੋ ਗਿਆ। ਵੀਰੇ ਇਹਦਾ ਮਤਲਬ ਕਿ ਤੁਸੀਂ ਜਿਹੜੀ ਤੁਹਾਡੀ ਗਾਂ ਮੱਝ ਹੈ ਜ਼ਿਆਦਾ ਚੋਲੀ ਜਾਂ ਸਾਰੀ ਚੋਲੀ, ਮੈਂ ਖਾਸ ਕਰਕੇ ਵੀਰਾਂ ਨੂੰ ਮਾਤਾਵਾਂ ਭੈਣਾਂ ਨੂੰ ਅਪੀਲ ਕਰਦਾ ਹੁੰਦਾ ਕਿ ਜਿਹੜਾ ਤੁਹਾਡਾ ਜਾਨਵਰ ਹੈ ਤਾਜ਼ਾ, 5 ਦਿਨ 1/2 ਗਲਾਸ ਦੁੱਧ ਉਹਦੇ ਵਿੱਚ ਰੱਖ ਦਿਆ ਕਰੋ, ਥਣਾਂ ਦੇ ਵਿੱਚ ਪੂਰੀਆਂ ਧਾਰਾਂ ਨਾ ਕੱਢਿਆ ਕਰੋ। ਅਤੇ ਜੇ ਤੁਹਾਡੀ ਗਾਂ ਮੱਝ 'ਤੇ ਪ੍ਰੋਬਲਮ ਹੋ ਜਾਏ ਵੀਰੋ, ਇਹਦੇ ਵਿੱਚ ਬੀ ਪੀ ਜਮੀ ਘੱਟ ਜਾਂਦਾ, ਬਲੱਡ ਘੱਟ ਜਾਂਦਾ ਵੀਰੋ, ਗਾਂ ਮੱਝ ਠੰਡੀ ਹੋ ਜਾਂਦੀ ਹੈ, ਉੱਥੇ ਵੀਰੋ ਤੁਸੀਂ ਮਾਈਫੈਕਸ ਸਲੋ ਕਰਕੇ ਲਾਉਣੀ ਹੈ ਆਈ ਵੀ, ਅਤੇ ਉੱਥੇ ਲਾਉਣਾ ਆਪਾਂ ਟੋਨੋ 15 ml IM, ਅਤੇ ਨਾਲ ਤੁਸੀਂ ਵੀਰੋ ਮੈਗਲੂਡਾਈਨ ਅਤੇ ਰੀਮਾ ਵੀ ਲਗਾ ਸਕਦੇ ਹੋ। ਕਈ ਵਾਰੀ ਪਿਸ਼ਾਬ ਦਾ ਬੰਨ ਵੀ ਪੈ ਜਾਂਦਾ ਸੂਣ ਤੋਂ ਬਾਅਦ, ਤੁਸੀਂ ਇਹ ਵੀ ਲਗਾ ਸਕਦੇ ਹੋ। ਅਤੇ ਇਹਦੀ ਪੂਰੀ ਜਾਣਕਾਰੀ ਲਾਈਵ ਡੈਮੋ ਦੇ ਵਿੱਚ ਪੇਜ 'ਤੇ ਪਈ ਹੈ। ਵੀਰਾਂ ਨੂੰ ਬੇਨਤੀ ਹੈ ਪੇਜ 'ਤੇ ਦੇਖੋ, ਵੀਡੀਓ ਵਧੀਆ ਲੱਗਦੀ ਹੈ ਗਾਹਾਂ ਸ਼ੇਅਰ ਕਰੋ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਧੰਨਵਾਦ।